I'm waiting for more people to join and I'll start talking. ਕਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲਾਈਵ ਪੰਜਾਬੀ 'ਚ ਬੋਲੂੰਗੀ ਐਂਡ ਆਈ ਐਮ ਸੌਰੀ ਜੇ ਮੇਰੀ ਪੰਜਾਬੀ ਇੰਨੀ ਵਧੀਆ ਨਹੀਂ ਹੈਗੀ ਮੈਂ ਅਮੈਰੀਕਨ ਬੋਰਨ ਹਾਂ ਐਂਡ ਮੈਂ ਪੂਰੀ ਟਰਾਈ ਕਰੂੰਗੀ ਕਿ ਮੈਂ ਪੰਜਾਬੀ 'ਚ ਵਧੀਆ ਬੋਲਾਂ ਜੇ ਨਹੀਂ ਮੈਂ ਤੋਂ ਨਹੀਂ ਵਧੀਆ ਬੋਲਿਆ ਗਿਆ ਦੈਨ ਪਲੀਜ਼ ਮੈਨੂੰ ਮਾਫ਼ ਕਰਿਓ ਮੈਂ ਟਰਾਈ ਕਰ ਰਹੀ ਹਾਂ ਤੁਹਾਨੂੰ ਪਤਾ ਹੀ ਆ ਸਿਚੁਏਸ਼ਨ ਕੀ ਆ ਐਂਡ ਮੈਂ ਆਪਣੀ ਸਾਈਡ ਦੱਸਣ ਆਈ ਹਾਂ ਬੇਸਿਕਲੀ ਕੱਲ੍ਹ ਜਿਹੜੀ ਲਾਈਵ ਹੋਈ ਸੀਗੀ ਉਹ 'ਚ ਤਾਂ ਕੋਈ ਦੱਸਿਆ ਨਹੀਂ ਗਿਆ ਫੈਕਟ ਕੀ ਆ ਮੈਂ ਪਹਿਲਾਂ ਵੀ ਜਦੋਂ ਪੋਸਟ ਪਾਈ ਸੀਗੀ ਮੈਂ ਇਹੀ ਕਿਹਾ ਸੀਗਾ ਕਿ ਇਸ ਵੀਡੀਓ 'ਚ ਸਿਰਫ ਫੈਕਟ ਹੋਣਗੇ ਐਂਡ ਦੈਟਸ ਇਟ ਨੋ ਬੁਲਸ਼ਿਟ ਨੋ ਸਿੰਪਥੀ ਨੋ ਨਥਿੰਗ ਆਈ ਐਮ ਨਾਟ ਕ੍ਰਾਈਂਗ ਆਈ ਐਮ ਨਾਟ ਗੋਇੰਗ ਟੂ ਡੂ ਡਰਾਮਾ ਆਫ ਕ੍ਰਾਈਂਗ ਆਈ ਐਮ ਗੋਇੰਗ ਟੂ ਸਟੇ ਫੈਕਟਸ ਪਹਿਲੀ ਗੱਲ ਇਹ ਬਹੁਤ ਹਿੰਮਤ ਚਾਹੀਦੀ ਆ ਅਲਾਈਵ ਹੋਣਾ ਐਂਡ ਮੈਂ ਕਦੀ ਕੋਈ ਗਲਤ ਰੀਜ਼ਨ ਲਈ ਲਾਈਵ ਨਹੀਂ ਆਈ ਕੋਈ ਸਫਾਈ ਦੇਣ ਲਾਈਵ ਨਹੀਂ ਆਈ ਬਟ ਮੈਨੂੰ ਮਜਬੂਰ ਕੀਤਾ ਗਿਆ ਆਈ ਹੈਡ ਟੂ ਕਮ ਲਾਈਵ ਟੂਡੇ ਬਿਕੋਜ਼ ਜੋ ਗੱਲਾਂ ਕੱਲ੍ਹ ਕਹੀਆਂ ਗਈਆਂ ਦੇ ਵਰ ਨਾਟ ਓਕੇ ਐਂਡ ਜੋ ਜਿਹੜੀਆਂ ਗੱਲਾਂ ਮੈਨੂੰ ਡੀ ਐਮ 'ਚ ਮਿਲ ਰਹੀਆਂ ਸੁਣਨ ਨੂੰ ਆਈ ਐਮ ਨਾਟ ਓਕੇ ਵਿਦ ਦੈਟ ਓਕੇ ਲੈਟਸ ਸਟਾਰਟ ਫਰੋਮ ਦ ਬਿਗਿਨਿੰਗ ਸ਼ੁਰੂ ਤੋਂ ਕਰੂੰਗੀ ਮੈਂ ਗੱਲ ਵੇਅਰ ਐਵਰੀਥਿੰਗ ਸਟਾਰਟਡ 2017 'ਚ ਮੇਰੇ ਕਜ਼ਨ ਦਾ ਵਿਆਹ ਸੀਗਾ ਇੰਡੀਆ ਰਾਜਸਥਾਨ ਵਿਆਹ 'ਤੇ ਗਈ ਸੀਗੀ ਉੱਥੇ ਦਿਲਪ੍ਰੀਤ ਪਰਫੋਰਮ ਕਰ ਰਿਹਾ ਸੀਗਾ ਅਸੀਂ ਫੋਟੋ ਖਿਚਾਈ ਇੱਕ ਦੂਜੇ ਨਾਲ ਸੌਰੀ ਇਫ ਆਈ ਸਟਾਪ ਇਨ ਬਿਟਵੀਨ ਟੂ ਟੇਕ ਅ ਬ੍ਰੈਥ ਬਿਕੋਜ਼ ਆਈ ਹੈਵ ਰੀਲੀ ਬੈਡ ਐਂਗਜ਼ਾਇਟੀ ਫੋਟੋ ਖਿਚਾਈ ਜਦੋਂ ਅਮੈਰੀਕਾ ਵਾਪਸ ਆਈ ਮੈਂ ਉਹਨੂੰ ਭੇਜੀ ਐਂਡ ਉਹਨੂੰ ਇਹੀ ਕਿਹਾ ਲਾਈਕ ਹੀ ਜਸਟ ਸਟਾਰਟਡ ਰਿਪਲਾਈਂਗ ਟੂ ਮੀ ਲਾਈਕ ਯੂ ਨੋ ਹਾਓ ਸਿੰਗਰਸ ਡੂ ਹੀ ਜਸਟ ਰਿਪਲਾਈਡ ਕਿੱਦਾਂ ਕੀ ਹਾਲ ਚਾਲ ਤੁਹਾਨੂੰ ਸ਼ੋਅ ਵਧੀਆ ਲੱਗਾ ਤੁਹਾਡੇ ਪਰਿਵਾਰ ਨੂੰ ਸ਼ੋਅ ਵਧੀਆ ਲੱਗਾ ਆਈ ਹੋਪ ਕਿ ਲਾਈਕ ਯੂ ਨੋ ਬਲਾ 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 ਗੱਲ ਸ਼ੁਰੂ ਹੋਈ ਮੈਨੂੰ ਇਮੋਸ਼ਨਲੀ ਇਨਵੋਲਵ ਕੀਤਾ ਗਿਆ ਮੈਨੂੰ ਬਹੁਤ ਛੇਤੀ ਉਹਨੇ ਮੈਨੂੰ ਕਹਿਤਾ ਸੀਗਾ ਕਿ ਮੈਂ ਤੈਨੂੰ ਬਹੁਤ ਲਾਈਕ ਕਰਦਾ ਹਾਂ ਐਂਡ ਮੈਨੂੰ ਆਈ ਲਵ ਯੂ ਉਹਨੇ ਬਹੁਤ ਛੇਤੀ ਕਹਿ ਦਿੱਤਾ ਸੀਗਾ ਮੈਂ ਉਦੋਂ 19 ਈਅਰਸ ਓਲਡ ਸੀਗੀ 19 ਸਾਲਾਂ ਦੀ ਮੈਂ ਇੰਨੀ ਮਚੋਰ ਨਹੀਂ ਸੀਗੀ ਐਂਡ ਦਿਲਪ੍ਰੀਤ ਮੇਰਾ ਸਾਰਾ ਫਸਟ ਸਭ ਕੁਛ ਸੀਗਾ ਫਸਟ ਐਵਰੀਥਿੰਗ ਐਨੀਵੇਜ਼ ਉਸ ਤੋਂ ਬਾਅਦ ਕੀ ਹੋਇਆ ਦਿਲਪ੍ਰੀਤ 2 ਜਾਂ 3 ਕੁ ਮਹੀਨਿਆਂ ਬਾਅਦ ਕੈਲੀਫੋਰਨੀਆ ਆਇਆ ਮੇਰੀ ਫੈਮਿਲੀ ਨੂੰ ਮਿਲਣਾ ਸੀ ਉਹਨੇ ਆਲਰੇਡੀ ਮੇਰੀ ਮਾਮ ਨਾਲ ਫੋਨ 'ਤੇ ਗੱਲ ਕੀਤੀ ਹੋਈ ਸੀਗੀ ਉਹਨੇ ਇਹੀ ਕਿਹਾ ਸੀ ਸ਼ੁਰੂ ਤੋਂ ਕਿ ਤੁਹਾਡੀ ਕੁੜੀ ਮੈਨੂੰ ਬਹੁਤ ਪਸੰਦ ਆ ਮੈਂ ਉਹਨਾਂ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ ਐਂਡ ਮੇਰੀ ਮਾਮ ਨੇ ਹਮੇਸ਼ਾ ਇਹੀ ਕਿਹਾ ਸੀ ਇਹਦੀ ਪੜ੍ਹਾਈ ਚੱਲਦੀ ਆ ਇਹਨੇ ਪੜ੍ਹਾਈ ਕਰਕੇ ਤੁਸੀਂ ਜੋ ਮਰਜ਼ੀ ਕਰ ਲਿਓ ਉਹਨੇ ਪਰ ਯੂ ਨੋ ਲਾਈਕ ਹਲੇ ਵਿਆਹ ਤਾਂ ਯੂ ਨੋ ਹਲੇ ਇਹਦਾ ਬਣਦਾ ਨਹੀਂ ਐਂਡ ਜਦੋਂ ਆਇਆ ਕਹਿੰਦਾ ਕੋਈ ਨਾ ਮੈਂ ਤੁਹਾਨੂੰ ਆਪ ਹੀ ਮਨਾ ਲੂੰਗਾ ਆਇਆ ਮੇਰੀ ਪੂਰੀ ਫੈਮਿਲੀ ਨੂੰ ਮਿਲਿਆ ਮੇਰੇ ਕਜ਼ਨ ਦਾ ਵੀ ਦੂਜਾ ਵਿਆਹ ਸੀਗਾ ਇੱਥੇ ਇੱਕ ਹੋਰ ਮੇਰੇ ਕਜ਼ਨ ਦਾ ਉੱਥੇ ਪਰਫੋਰਮ ਕੀਤਾ ਉੱਥੇ ਮੇਰੀ ਸਾਰੀ ਫੈਮਿਲੀ ਆਈ ਹੋਈ ਸੀ ਦੂਰ ਦੇ ਰਿਸ਼ਤੇਦਾਰ ਸਭ ਸਾਰਿਆਂ ਨੂੰ ਮਿਲਿਆ ਐਂਡ ਹੀ ਗਾਟ ਐਵਰੀਬਡੀ ਟੂ ਲਾਈਕ ਹਿਮ ਲਾਈਕ ਐਵਰੀਬਡੀ ਫੈਲ ਇਨ ਲਵ ਵਿਦ ਹਿਮ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਕੱਲ੍ਹ ਦੇ ਲਾਈਵ ਦੇਖ ਕੇ ਲਾਈਕ ਹੀ ਇਜ਼ ਰੀਅਲੀ ਗੁੱਡ ਐਟ ਟਾਕਿੰਗ ਇਜ਼ ਰੀਅਲੀ ਗੁੱਡ ਐਟ ਲਾਈਕ ਗੈਟਿੰਗ ਪੀਪਲ ਟੂ ਜਸਟ ਹੈਵ ਹਿਸ ਸਾਈਡ ਐਨੀਵੇਜ਼ He started telling my parents ki main nu laake jana England laake jana main nu utthe laake jana mere parents kehnde ki tu edna edda nahi ghum sakda tenu roka karona pehna hai roka karaya us to baad jad main India jaan lagi sigi for wedding shopping main ek mahina pehla chali gayi sigi main ode utthe maasi ko rehndi si Jalandhar when we were doing wedding shopping and everything and we were doing wedding shopping one day udo mainu ਮੈਨੂੰ ਯਾਦ ਆ ਮੈਨੂੰ ਕਿਸੇ ਕੁੜੀ ਨੇ ਫੇਸ ਟਾਈਮ ਕੀਤਾ ਸੀਗਾ ਐਂਡ ਸ਼ੀ ਸ਼ੋਡ ਮੀ ਦੈਟ ਦੋਪੀ ਵਾਜ਼ ਇਨ ਦ ਹੋਟਲ ਰੂਮ ਵਿਦ ਹਰ ਦਿਸ ਵਾਜ਼ ਬਿਫੋਰ ਆਈ ਲੈਫਟ ਫੋਰ ਇੰਡੀਆ ਐਂਡ ਬਹੁਤ ਪੰਗਾ ਪਿਆ ਸੀ ਮਾਈ ਮੋਮ ਗਾਟ ਇਨਵੋਲਵਡ ਆਈ ਟੋਲਡ ਮਾਈ ਮੋਮ ਅਬਾਊਟ ਇਟ ਐਂਡ ਸ਼ੀ ਇਜ਼ ਲਾਈਕ ਯੂ ਨੋ ਵਟ ਇਜ਼ ਦਿਸ ਸ਼ੀ ਆਸਕਡ ਹਿਮ ਐਵਰੀਥਿੰਗ ਐਂਡ ਹੀ ਇਜ਼ ਲਾਈਕ
he used to call her bebe pehla. He's like, bebe, edan di koi gal nahi hagi, main Amber nu bahut pyar karda ya. Oh kudi mainu fasona chahundi si ki, hotel wale to ohne chabi la li si, andar vad gayi si, ye wo. And again main gallan ch aa gayi. He's all like, Amber, like, I swear, like, I edan di koi gal nahi hagi. Then when I went to India, back on topic, when I went to India shoppingly, I found out that it was true. And oh man bhi gaya siga. He said, yeah, Amber, like this and that. We got in a big ass fight. Udon mainu pehli baar Dalpreet ne kutya. Because I was leaving and he hit me. I was filled up with bruises. My arms filled up with bruises, neck. I had a black eye. It's hard to talk about this, and I hope you guys are taking this seriously. I see a lot of laughy faces in the comments. It's not easy to talk about these kind of things. Anyways, so baad I was leaving, main maasi nu phone kar ditta si ka, main kaha maasi ji please mainu itthon la jao, main rehna nahi haga. And he got on his knees and he said, Amber, please, like, main vyah to baad kuch nahi karunga, son lagge teri, like, मैं प्लीज़ मैं बदल चुकी हाँ, तू मेरी लाइफ चाहिए, मेरा कोई केयर करने वाला है नहीं गा तेरे तो बिना, प्लीज़, लाइक, जस्ट डोंट लीव मी अंबर, तू मेरा सब कुछ हाँ, प्लीज़. एंड मैं फिर मान गई. आई सेड इट्स ओके, यू नो व्हाट, लाइक, आई एम गिविंग यू अ चांस, एवरीबडी डिजर्व्स अ चांस. मैं सारी फैमिली ना लड़ी, वो भी मैं थोड़ा दसदी हाँ. फिर ब्याह नेड़े आया, एक दिन मैनू ਉਹ ਭਾਬੀ ਕੋ ਛੱਡ ਗਿਆ ਸੀਗਾ, ਦਿਲਪ੍ਰੀਤ ਦੀ ਭਾਬੀ ਕੋਲੇ. ਆਪਾਂ ਜ਼ਰਾਵਰ ਨੂੰ ਛੱਡਣ ਗਏ ਸੀ ਸਕੂਲ, ਰਸਤੇ 'ਚ ਗੱਲਾਂ ਕਰਦੇ ਸੀਗੇ. ਐਂਡ ਪੁੱਛਦੀ ਸੀ ਭਾਬੀ, ਤੈਨੂੰ ਸਭ ਕੁਛ ਪਤਾ ਦਿਲਪ੍ਰੀਤ ਬਾਰੇ? ਮੈਂ ਕਿਹਾ ਪਤਾ ਦੀ, ਲਾਈਕ, ਆਈ ਨੋ ਐਵਰੀਥਿੰਗ ਅਬਾਊਟ ਹਿਮ. ਐਂਡ ਸ਼ੀ ਸੈਡ, ਆਰ ਯੂ ਸ਼ੋਰ, ਪੱਕਾ ਪਤਾ ਤੈਨੂੰ ਸਭ ਕੁਛ? ਐਂਡ ਓਬਵੀਅਸਲੀ ਸ਼ੀ ਵਾਸ ਟ੍ਰਾਇੰਗ ਟੂ ਟੈਲ ਮੀ ਸਮਥਿੰਗ, ਕੁਛ ਦੱਸਣ ਦੀ ਟਰਾਈ ਕਰ ਰਹੀ ਸੀ ਦੀ. ਐਂਡ ਮੈਂ ਕਿਹਾ, ਪਲੀਜ਼ ਮੈਨੂੰ ਦੱਸੋ ਹੈ ਨਾ ਕੀ ਗੱਲ ਆ, ਲਾਈਕ, ਤੁਸੀਂ ਮੈਨੂੰ ਕੀ ਕਹਿਣਾ ਚਾਹੁੰਦੇ ਹੋ? ਦੀ ਕਹਿੰਦੀ, ਤੈਨੂੰ, ਲਾਈਕ, ਮੈਂ ਤੈਨੂੰ ਦੱਸਣਾ ਚਾਹੁੰਦੀ ਹਾਂ, ਕਿਉਂਕਿ ਇੱਦਾਂ ਇੱਦਾਂ ਕਰਕੇ ਉਹਦੀ ਐਕਸ ਵੀ ਸੀਗੀ. ਦਿਸ ਇਜ਼ ਅਨਦਰ ਐਕਸ, ਬਾਏ ਦ ਵੇ, ਸ਼ੀ ਵਾਸ ਟਾਕਿੰਗ ਅਬਾਊਟ, ਦਿਸ ਐਕਸ ਵਾਸ ਫਰੋਮ ਕੈਨੇਡਾ, ਹੀ ਵਾਸ ਇਨ ਅ 3-year ਰਿਲੇਸ਼ਨਸ਼ਿਪ ਵਿਦ ਹਰ. ਦਿਸ ਸਟੋਰੀ ਇਜ਼ ਔਨ ਕੋਰ ਮੂਵਮੈਂਟ, ਦ 3-year ਕੈਲਗਰੀ ਗਰਲ, ਦਿਸ ਇਜ਼ ਹਰ. ਸ਼ੀ ਵਾਸ ਟਾਕਿੰਗ ਅਬਾਊਟ ਦੈਟ, ਐਂਡ ਆਈ ਨਿਊ ਅਬਾਊਟ ਦੈਟ. ਹੀ ਟੋਲਡ ਮੀ ਦੈਟ ਹੀ ਹੈਡ ਵਨ ਐਕਸ ਬਿਫੋਰ ਦੈਟ ਐਕਸ, ਐਂਡ ਦੈਨ ਦੈਟ ਵਾਸ ਹਰ ਸੈਕਿੰਡ ਵਨ. ਆਈ ਐਮ ਸੌਰੀ ਇਫ ਦਿਸ ਇਜ਼ ਕਨਫਿਊਜ਼ਿੰਗ, ਦੇਰ ਇਜ਼ ਅ ਲੋਟ ਆਫ ਗਰਲਸ. ਦੈਨ ਕਹਿੰਦੀ, ਇਹਦਾ ਵਿਆਹ ਹੋਇਆ ਸੀਗਾ. ਆਈ ਡਿਡ ਨਾਟ ਨੋ ਦੈਟ. ਮੈਨੂੰ ਇੱਦਾਂ ਪਤਾ ਸੀਗਾ ਕਿ ਹਾਊ ਡੂ ਆਈ ਟਰਨ ਆਫ ਦ ਕਮੈਂਟਸ, ਬ੍ਰੋ? ਹੇ, ਹਾਊ ਡੂ ਟਰਨ ਆਫ? ਸੌਰੀ, ਆਈ ਕੈਂਟ, ਲਾਈਕ, ਫੋਕਸ, ਬਿਕਾਜ਼ ਆਈ ਐਮ ਸੀਇੰਗ ਆਲ ਦੀਸ. ਐਨੀਵੇਜ਼, ਕਹਿੰਦੀ ਸੀਗੀ ਇਹਦਾ ਵਿਆਹ ਹੋਇਆ. ਮੈਂ ਕਿਹਾ, ਦੀ, ਉਹਨੇ ਤਾਂ ਮੈਨੂੰ ਇੱਦਾਂ ਕਿਹਾ ਸੀਗਾ ਕਿ ਉਹਦੀ ਮੰਗਣੀ ਹੋਈ ਆ. ਦਿਲਪ੍ਰੀਤ ਨੇ ਮੈਨੂੰ ਇੱਦਾਂ ਦੱਸਿਆ ਸੀ ਉਹਦੀ ਮੰਗਣੀ ਹੋਈ ਆ, ਐਂਡ ਉਹਦੀ ਮੰਗਣੀ ਟੁੱਟ ਗਈ ਸੀਗੀ. ਸੋ ਆਬਵੀਅਸਲੀ ਆਈ ਵਾਸ ਹਰਟ. ਉਦੋਂ ਵੀ ਮੈਂ ਸੋਚਿਆ ਕਿ ਸ਼ਿਟ ਯਾਰ, ਲਾਈਕ, ਆ ਕੀ, ਯੂ ਨੋ. ਐਂਡ ਉਹ ਆਇਆ ਵਾਪਸ ਘਰ, ਕਹਿੰਦਾ ਕਿ ਜੇ ਮੈਂ ਤੈਨੂੰ ਦੱਸ ਦਿੰਦਾ ਮੇਰਾ ਵਿਆਹ ਹੋਇਆ ਸੀ, ਤੂੰ ਮੈਨੂੰ ਹਾਂ ਕਹਿ ਦਿੰਦੀ? ਮੈਂ ਕਿਹਾ, ਨੋ, ਆਈ ਵੁਡਨਟ ਹੈਵ. ਮੈਂ ਕਿਹਾ, ਆਈ ਡੋਨਟ ਵਾਂਟ ਟੂ ਮੈਰੀ ਸਮਵਨ ਹੂ ਹੈਜ਼ ਬੀਨ ਮੈਰੀਡ ਬਿਫੋਰ, ਲਾਈਕ, ਆਈ ਐਮ ਓਨਲੀ 19 ਈਅਰਸ ਓਲਡ, ਆਈ ਡੋਨਟ ਨੀਡ ਦੈਟ, ਰਾਈਟ? ਆਈ ਡੋਨਟ ਨੋ ਵਾਟ ਯੂ ਡਿਡ, ਬ੍ਰੋ. Hey, come fix this. Where'd you go? Sorry, guys. Give me 1 second. I'm having issues right now. I don't know why I can't... There we go. All right. There we go. Anyways, ਮੈਨੂੰ ਪਤਾ ਲੱਗਾ ਉਹਦਾ ਵਿਆਹ ਹੋਇਆ. ਉਦੋਂ ਵੀ ਸਾਡੀ ਬਹੁਤ ਵੱਡੀ ਲੜਾਈ ਹੋਈ. ਐਂਡ ਦੈਨ ਹੀ ਡਿਡ ਦ ਸੇਮ ਡਰਾਮਾ ਅਗੇਨ, ਸੇਇੰਗ, ਤੂੰ ਮੇਰੇ ਨਾਲ ਵਿਆਹ ਕਰਾ ਲੈਂਦੀ ਇਫ ਯੂ ਨਿਊ ਇਨ ਦਿਸ ਇਨ ਦੈਟ. ਐਂਡ ਆਈ ਫੈਲਟ ਬੈਡ ਫਰੋਮ ਅਗੇਨ. ਹੀ ਥਰੂ ਹਿਸ ਮਾਮ ਕਾਰਡ ਐਟ ਮੀ ਅਗੇਨ, ਸੇਇੰਗ, ਆਈ ਡੋਨਟ ਹੈਵ ਅ ਮਾਮ, ਲਾਈਕ, ਆਈ ਐਮ ਦ ਵੇ ਆਈ ਐਮ ਬਿਕਾਜ਼ ਆਈ ਡੋਨਟ ਹੈਵ ਅ ਮਾਮ. ਆਈ ਨੀਡ ਸਮਵਨ ਇਨ ਮਾਈ ਲਾਈਫ ਹੂਸ, ਲਾਈਕ, ਆਈ ਨੀਡ ਸਟੈਬਿਲਿਟੀ, ਲਾਈਕ, ਯੂਅਰ ਦੈਟ ਸਟੈਬਿਲਿਟੀ, ਯੂਅਰ ਦੈਟ ਗੁੱਡ ਪਰਸਨ ਦੈਟ ਆਈ ਨੀਡ. ਐਨੀਵੇਜ਼, ਵਿਆਹ ਦੀ ਗੱਲ ਜਦੋਂ ਆਉਂਦੀ ਆ, ਮੇਰੀ ਮਾਂ ਬਾਰੇ ਇੰਨਾ ਕੁਛ ਬੋਲ ਰਿਹਾ ਦਿਲਪ੍ਰੀਤ. ਮੇਰੀ ਮਾਂ ਨੇ ਇੰਨਾ ਜ਼ਿਆਦਾ ਸਟੈਂਡ ਲਿਆ ਦਿਲਪ੍ਰੀਤ ਪਿੱਛੇ. ਐਂਡ ਫਸਟ ਆਫ ਆਲ ਹੀ ਸੇਇੰਗ,
ਮਾਂ ਬਰਬਾਦ ਕਰਨਾ ਮੰਗਦੀ ਰਿਲੇਸ਼ਨਸ਼ਿਪ ਨੂੰ ਆਰ ਯੂ ਕਿਡਿੰਗ ਮੀ ਜੇ ਮੇਰੀ ਫੈਮਿਲੀ ਬਰਬਾਦ ਕਰਨਾ ਮੰਗਦੀ ਹੁੰਦੀ ਨਾ ਰਿਲੇਸ਼ਨਸ਼ਿਪ ਨੂੰ ਉਹ ਇੰਨਾ ਪੈਸਾ ਨਾ ਖਰਚਦੇ ਵਿਆਹ 'ਤੇ ਵੀ ਸਪਲਿਟ ਦ ਵੈਡਿੰਗ ਈਵਨ ਰਿਸੈਪਸ਼ਨ ਐਵਰੀਥਿੰਗ ਵੀ ਸਪਲਿਟ ਇਨ ਹਾਫ ਇਟ ਵਾਸ ਅੱਧ ਅੱਧ ਸਾਰਾ ਰਿਸੈਪਸ਼ਨ ਦਾ ਖਰਚਾ ਸਾਰਾ ਵਿਆਹ ਦਾ ਖਰਚਾ ਅੱਧ ਅੱਧ ਸੀਗਾ ਨਹੀਂ ਤਾਂ ਮੁੰਡਾ ਇੱਥੇ ਆਣ ਕੇ ਵਿਆਹੁੰਦਾ ਯੂ ਨੋ ਜਿੱਦਾਂ ਰਿਵਾਜ ਹੈਗਾ ਆ ਇੱਥੋਂ ਟਿਕਟਾਂ ਲਾ ਕੇ ਗਈ ਮੇਰੀ ਸਾਰੀ ਫੈਮਿਲੀ Sorry, I'm just trying to make sure I'm staying on track because this stuff gets me riled up. Anyways, we got married. ਵਿਆਹ ਹੋ ਗਿਆ ਠੀਕ ਆ 2 ਮਹੀਨੇ 3 ਮਹੀਨੇ ਬਹੁਤ ਵਧੀਆ ਰਹੇ ਆਪਾਂ ਬਹੁਤ ਵਧੀਆ ਲਾਈਕ ਐਵਰੀਥਿੰਗ ਵਾਸ ਫਾਈਨ ਪਰਫੈਕਟ ਦੈਨ ਸਲੋਲੀ ਦਿਲਪ੍ਰੀਤ ਬਹੁਤ ਜ਼ਿਆਦਾ ਪੀਣ ਲੱਗ ਗਏ ਸੀਗੇ ਹੀ ਵਾਸ ਡਰਿੰਕਿੰਗ ਬਿਫੋਰ ਟੂ ਬਟ ਨਾਟ ਐਜ਼ ਬੈਡ ਲਾਈਕ ਇਟ ਵਾਸਨਟ ਐਜ਼ ਬੈਡ ਦੈਟ ਐਜ਼ ਦੈਟ ਆਈ ਹੈਡ ਐਵਰ ਸੀਨ ਹਿਮ ਪੀਣ ਲੱਗ ਗਏ ਸੀ ਪੀ ਕੇ ਘਰੇ ਆਉਂਦੇ ਸੀ ਬਹੁਤ ਜ਼ਿਆਦਾ ਡਰੰਕ ਹੋ ਕੇ ਐਂਡ ਇੱਥੇ ਵੀ ਬਹੁਤ ਵਾਰ ਲਾਈਕ ਡਰੰਕ ਹੋ ਕੇ ਆਉਣਾ ਲਾਈਕ ਹਮੇਸ਼ਾ ਫਰੈਂਡਸ ਨਾਲ ਰਹਿਣਾ ਕਦੀ ਟਾਈਮ ਨਹੀਂ ਦੇਣਾ ਮੈਨੂੰ ਕਦੀ ਵੀ ਲਾਈਕ ਦੇਰ ਵਾਸ ਬੇਅਰਲੀ ਐਨੀ ਟਾਈਮ ਜਸਟ ਮੀ ਐਂਡ ਹਿਮ ਵਰ ਟੁਗੈਦਰ ਇਟ ਵਾਸ ਆਲਵੇਜ਼ 5-7 ਜਾਣੇ ਹੋਰ ਹੁੰਦੇ ਸੀ ਹਮੇਸ਼ਾ ਜਿੱਥੇ ਵੀ ਜਾਓ ਲਾਈਕ ਈਵਨ ਵਿਆਹ ਤੋਂ ਬਾਅਦ ਅਸੀਂ ਗੁਰਦੁਆਰੇ ਮੱਥਾ ਟੇਕਣਗੇ ਹੀ ਹੈਡ ਟੂ ਟੇਕ ਹਿਸ ਫਰੈਂਡਸ ਵਿਦ ਹਿਮ ਲਾਈਕ ਵਟ Anyways, that's besides the point. ਜਦੋਂ ਡਰੰਕ ਹੋ ਕੇ ਘਰੇ ਆਉਂਦਾ ਸੀ ਆਈ ਵੁੱਡ ਵੇਟ ਆਲ ਡੇ ਘਰੇ ਮੈਂ ਬੈਠੀ ਵੇਟ ਕਰਦੀ ਰਹਿੰਦੀ ਸੀਗੀ ਡਰੰਕ ਹੋ ਕੇ ਆਉਂਦਾ ਸੀਗਾ ਲਿਟਰਲੀ ਮੈਂ ਉਹਦਾ ਬਾਂਹ ਮੋਢੇ 'ਤੇ ਰੱਖ ਕੇ ਉਹਨੂੰ ਫੜ ਕੇ ਉੱਤੇ ਨੂੰ ਲੈ ਕੇ ਜਾਂਦੀ ਹੁੰਦੀ ਸੀ ਬੂਟ ਮੈਂ ਲਾਉਂਦੀ ਹੁੰਦੀ ਸੀ ਜਰਾਬਾਂ ਮੈਂ ਲਾਉਂਦੀ ਹੁੰਦੀ ਸੀ ਸਵੈਟਸ਼ਰਟ ਮੈਂ ਲਾਉਂਦੀ ਹੁੰਦੀ ਸੀਗੀ ਲਾਈਕ ਯਾਰ ਐਨੀਵੇਜ਼ ਆਮ ਨਾਟ ਗੋਇੰਗ ਟੂ ਗੈਟ ਮੈਡ ਬਿਕਾਜ਼ ਇਟ ਇਜ਼ ਵਾਟ ਇਟ ਇਜ਼ ਆਮ ਜਸਟ ਗੋਇੰਗ ਟੂ ਸਟੇਟ ਦ ਫੈਕਟਸ I cut off all my friends, by the way, when I got married. And I know you guys know that. My friends who are hitting me up now are not there for me. And I commend you all because main thoda sara rishta tod ditta siga sareyan nal like itthon like even family na like he made me cut off everybody. Like I was so blind. Main anni ho gayi si pyar ch. Like 19 saalan di sigi like ohne mainu inna jyada manipulate kita inna jyada mainu idan dikhaya ki Amber like you're my everything. You know? Anyways, ਇੱਥੇ ਵੀ ਕਈ ਵਾਰ ਬਹੁਤ ਵੱਡੀ ਲੜਾਈ ਹੋਈ ਇੱਥੇ ਵੀ ਹੱਥ ਚੁੱਕਿਆ ਗਿਆ ਮੇਰੇ 'ਤੇ ਐਂਡ ਆਈਲ ਸ਼ੋਅ ਯੂ ਪ੍ਰੂਫ ਆਈ ਹੈਵ ਪ੍ਰੂਫ ਆਈ ਡਿਡਨਟ ਵਾਂਟ ਟੂ ਆਈਲ ਸ਼ੋਅ ਯੂ ਸਮ ਨਾਟ ਗੋਇੰਗ ਸ਼ੋਅ ਐਵਰੀਥਿੰਗ ਆਲਰੇਡੀ ਜਿਹੜਾ ਮੈਂ ਦਿਖਾਇਆ ਹੋਇਆ ਤੁਸੀਂ ਉਹਨੂੰ ਮਜ਼ਾਕ ਬਣਾ ਲਿਆ ਆ ਤੁਸੀਂ ਮੈਨੂੰ ਮੈਸੇਜ ਕਰਕੇ ਕਹਿ ਰਹੇ ਹੋ ਉਹਦੀ ਲਾਈਵ ਫੀਡ ਦੇਖ ਕੇ ਹੀ ਲਾਈਕ ਹੀ ਕ੍ਰਾਈਡ ਯੂ ਗਾਇਸ or try to cry and tusi mainu message karke keh rahe ho you are cheap you are fake that abuse was fake you know how much courage kinni himmat lagdi kise bande di more auna dassna ki mera idda idda hoya hamesha ohdi izzat rakhi hamesha saryan ne eh keha siga ki eh bahut bad guy aa like tu please na ide chakkar ch fas oh core movement wali jehdi aa ohne mainu eh sariyan gallan pehla dassiyan sigiyan mainu main hi ohnu chup karaya siga I hope Some of you guys ਤੁਹਾਨੂੰ ਯਾਦ ਹੋਣਾ ਲਾਸਟ ਈਅਰ ਮੈਂ ਬੋਲੀ ਸੀ ਸਨੈਪਚੈਟ 'ਤੇ ਇੰਨੀ ਲੰਬੀ ਸਨੈਪਚੈਟ ਮੈਂ ਪਾਈ ਸੀਗੀ ਕਿ ਉਹ ਮੇਰਾ ਹਸਬੈਂਡ ਆ ਹਾਊ ਡੇਅਰ ਯੂ ਗਾਇਜ਼ ਸੇ ਐਨੀਥਿੰਗ ਅਬਾਊਟ ਹਿਮ ਸਟੈਂਡ ਮੈਂ ਲਿਆ ਸੀਗਾ ਇੱਜ਼ਤ ਮੈਂ ਕਰਵਾਈ ਲੋਕਾਂ ਤੋਂ ਫੈਮਿਲੀ ਤੋਂ ਮੈਂ ਕਰਵਾਈ ਇੱਜ਼ਤ ਹੀ ਡਿਡਨਟ ਡਿਜ਼ਰਵ ਇਟ ਮੈਂ ਕਰਵਾਈ ਸੀਗੀ ਲੋਕਾਂ ਤੋਂ ਆਈ ਡਿਮਾਂਡਿਡ ਰਿਸਪੈਕਟ ਬਿਕਾਜ਼ ਹੀ ਵਾਜ਼ ਮਾਈ ਹਸਬੈਂਡ ਐਨੀਵੇਜ਼ ਫੱਕ ਆਲ ਦੈਟ ਸੌਰੀ ਮਾਈ ਲੈਂਗੁਏਜ Here's a few pictures. This is nothing, but that's my arm. That's a handprint on my arm. My shirt was pulled. I was trying to get out of the car with his phone because I was trying to look at his phone. He literally grabbed me by the shirt, pulled it hella hard. Like he kept it there. I was trying to get out of the car with his phone. He pulled my... Doesn't matter. You guys saying he doesn't get drunk, he lies about drinking? Ki karuga? Din raat bori dikhauga. Ki? Din raat. Tu lalna bala. Ki? Maga main tu lalna bala, tenu uri de khauga rab. E baat si se rahe ho? Rab nu bala. Main kehna. Dope. That's nothing.
That is nothing. There's almost every Snapchat memory I have is him drunk and me taking care of him. I was 19, 20 years old. That's what my life was. Every day. Every day, that's what my life was. Anyways, hun jo hoya siga, main hun hun di gal kar di haan. December, main gayi si meri Christmas break le, 10-12 dinan di meri break sigi, Christmas thi, I'm in a nursing program. Hard as fuck, 1 year long program ha, fast paced ha, exams mere 2-3 every week hunde ha, every week, no matter what. Hun bhi, aaj bhi main exam deke hati, which I'm pretty sure I failed. Don't worry, I am gonna become a nurse. I am gonna throw that in your face. When I went there, first I went to Dubai. We stayed in Dubai for like 2-3 days. We fought there. It wasn't physical over there. Then we went to India. India jo hoya, one night we were drinking and I got really emotional. People who know me, if I drink, I get emotional. I got emotional and I started saying how I feel. I said, mind you, I went there after 5 months, no physical relationship. Sada koi physical relationship nahi siga at all. He did not even like. I told him like, what's the matter, right? Like, why aren't you like giving me attention? Like, is something wrong? Like, making me feel hella insecure about myself. Okay. Calling me. No physical relationship whatsoever. I called him gay. I'm like, you're fucking gay. Why aren't you like showing me attention? Then what he does, we're sitting in the car. He's driving on this side. Literally grabs my neck. Pushes me into the dashboard. That's where I hit my nose. Those pictures you saw, that's where my nose got fucked up. Ek gaddi choya siga. Jo main dass rahi haan. Gal. मैं उन्होंने गे बोली सी क्योंकि साडा कोई फिजिकल रिलेशनशिप नहीं सीगा एंड उन्हें ता मारिया सी मैनू 5 मिनट दूर सी पिंड तो असी गे रस्ते जाते रहे ऑब्वियसली मैं रो रही सी दर्द हो रहा सी मेरे एंड जो पिंड पहुंचे उत्ते नू जान लगे मैं थले पापा का कमरा सीगा मैं पापा का कमरा खड़काया मैं क्या प्लीज बहर आयो है ना मैं बहुत कुछ हो ही जा रहा एंड आई कॉल देम एंड लेट मी से द होल थिंग एक्चुअली I said, you're gay like your dad. I said that. Yeah, involved his dad. Uttenu aaye, and I'm sorry for that. I shouldn't have said that, but I said it. And uttenu aaye, main andar nu ja rahi si room ch. And Dilpreet keh reha, papa puchhan lag, ki hoya. Dilpreet keh reha ki, oh, Amber ne idda kiya thode bare. And he started saying, tusi mera khoon ha. Tusi mera khoon ha, tusi. And he started hitting me more. I went towards the room, grabbed me by my hair, pulled me down on the ground, started punching me in the head. In the head. Then he has the audacity. Meri maa nu odon phone kita unne. Maam nu phone karke kenda ki main aaj Amber de hath chukya ji. And obviously my mom's freaking out. And मैं पिछों रोला पाउन लगी कि मॉम वीडियो कॉल करो हुनी वीडियो कॉल करो एंड शी वीडियो कॉल्ड उदो मैं फोन खोया दिलप्रीत तो एंड आई शोड माई सेल्फ दैट्स व्हेन शी टुक दोस स्क्रीन शॉट्स जेडे तुसी कह रहे हैं यू आर चीप यू आर फेकिंग इट यू डोंट मेक शिट अप लाइक दिस यू डोंट आई डोंट नो पीपल आर ट्राइंग टू कॉल मी एंड डिस्टर्ब माय लाइव बट Whoever's calling me, grow a pair of balls. I swear to God. Let me speak. You let your boy speak. Let me speak. Hit the fuck out of me. Then what happened? He took my phone, hid my phone for 24 hours. My parents were trying to contact me. Mind you, that night, my parents, my brother were losing their mind calling his family. Family ne phone kari gaye mere maa baap. Unne mera phone lo kaliya si, by the way. And sare ne aada phone block kar liya. Hun kyon nahi involve kita odi family nu? Kyunki no one cared. Udo kisi ne care nahi kiti ki mere na inna kuch hoya. Sare ne phone aada block dilata siga. They turned off their phones. Anyways, us to baad meri mom ne meri maasi nu phone kita. Meri maasi Jalandhar rehndi hai utthe. She's an angel.
She took care of me like a mother because my mother wasn't there. ਮੇਰੀ ਮਾਸੀ ਨੂੰ ਕਿਹਾ ਕਿ ਉੱਥੋਂ ਅੰਬਰ ਨੂੰ ਲੈ ਜਾ ਮੈਂ ਮੇਰਾ ਸਾਰਾ ਸਮਾਨ ਪੈਕ ਕੀਤਾ ਉੱਥੇ ਜੋ ਵੀ ਕੁਛ ਸੀਗਾ ਮੈਂ ਪੈਕ ਕੀਤਾ ਐਂਡ ਆਈ ਵਾਜ਼ ਲੁਕਿੰਗ ਫੋਰ ਮਾਈ ਫੋਨ ਆਲ ਡੇ ਐਂਡ ਆਈ ਲੁਕਡ ਇਨ ਦ ਡਰੋਅਰ ਐਂਡ ਇਟ ਵਾਜ਼ ਹਾਈਡਿੰਗ ਅੰਡਰ ਦ ਲਿਟਲ ਬੁੱਕ ਥਿੰਗ ਇਨ ਦ ਡਰੋਅਰ ਹੀ ਹੈਡ ਟੋਲਡ ਮਾਈ ਮਾਮ ਪਤਾ ਨਹੀਂ ਕਿੱਥੇ ਸਿੱਟੀ ਆਈ ਫੋਨ ਇੱਦਾਂ ਗਿਆ ਸੀ ਮੇਰੀ ਮਾਮ ਨੂੰ ਕਿ ਪਤਾ ਨਹੀਂ ਇਹਨੇ ਕਿੱਥੇ ਸਿੱਟਿਆ ਆਈ ਫੋਨ ਇਹਦਾ ਆਪਦਾ ਮਾਸੀ ਆਈ ਐਂਡ ਉਦੋਂ ਦਿਲਪ੍ਰੀਤ ਨੂੰ ਪਤਾ ਸੀ ਮਾਸੀ ਨੇ ਆਉਣਾ ਆ ਸਟੂਡੀਓ ਤੋਂ ਬਾਹਰ ਨਾ ਲਾ ਕੇ ਚਲੇ ਗਿਆ ਕਿ ਗੱਲ ਨਾ ਕਰਨੀ ਪਵੇ ਚਲ ਗਿਆ ਉੱਥੋਂ ਮੈਂ ਮਾਸੀ ਨਾਲ ਚਲ ਗਈ ਮੇਰੀ ਮਾਮ ਨੇ ਮੇਰੇ ਤਰਲੇ ਕਰ ਲਏ ਕਿ ਅੰਬਰ ਪਲੀਜ਼ ਮੇਰਾ ਮਾਨ ਰੱਖ ਲਈ ਮਾਸੀ ਨਾਲ ਚਲੇ ਜਾਈ ਹੁਣ ਕਿਉਂਕਿ ਮਾਮ ਨੂੰ ਪਤਾ ਆ ਕਿ ਮੈਂ ਕਿੰਨੀ ਵਾਰੀ ਦਿਲਪ੍ਰੀਤ ਨੂੰ ਚਾਂਸ ਦਿੱਤਾ ਔਰ ਕਿੰਨੀ ਵਾਰੀ ਉਹਨੇ ਕਿੰਨਾ ਕੁਛ ਕੀਤਾ ਮੈਂ ਨਾ ਹਮੇਸ਼ਾ ਉਹਨੇ ਮੈਨੂੰ ਕਿਸੇ ਤਰ੍ਹਾਂ ਮਨਾ ਲਿਆ ਐਂਡ ਆਈ ਔਲਵੇਜ਼ ਟੁੱਕ ਹਿਮ ਬੈਕ ਔਲਵੇਜ਼ ਟੁੱਕ ਹਿਮ ਬੈਕ ਨੋ ਮੈਟਰ ਵਟ ਬਿਕਾਜ਼ ਆਈ ਲਵਡ ਹਿਮ ਸੋ ਮੱਚ ਮਾਈਂਡ ਯੂ ਵਾਜ਼ ਬਲਾਈਂਡ ਮਾਸੀ ਲਾ ਗਈ ਜਲੰਧਰ ਦੂਜੇ ਦਿਨ ਦਿਲਪ੍ਰੀਤ ਆ ਗਿਆ ਕਹਿੰਦਾ ਮੈਂ ਅੰਬਰ ਨੂੰ ਛੱਡ ਕੇ ਆਊਂਗਾ ਏਅਰਪੋਰਟ ਮੇਰੀ ਫਲਾਈਟ ਸੀਗੀ ਦੂਜੇ ਦਿਨ ਠੀਕ ਆ ਮੈਂ ਬਹਿ ਗਈ ਓਬਵੀਅਸਲੀ ਉਹਨੇ ਮਨਾ ਲਿਆ ਫਿਰ ਮਨਾ ਲਿਆ ਮੈਨੂੰ ਈਵਨ ਆਫਟਰ ਆਲ ਦੈਟ ਫਿਜ਼ੀਕਲ ਅਬਿਊਸ ਮਨਾ ਲਿਆ ਮੈਨੂੰ ਐਂਡ ਜਿਹੜੀ ਉਹਦੀ ਡੈਡ ਵਾਲੀ ਗੱਲ ਆ ਨਾ ਦਿਲਪ੍ਰੀਤ ਜੇ ਤੁਸੀਂ ਚਾਹੁੰਦੇ ਆ ਨਾ ਮੈਂ ਮੂੰਹ ਖੋਲ੍ਹਾਂ ਮੈਨੂੰ ਦੱਸ ਦਿਓ ਮੈਂ ਪਾਪਾ ਬਾਰੇ ਵੀ ਅਤੇ ਤੁਹਾਡੇ ਬ੍ਰਦਰ ਬਾਰੇ ਵੀ ਮੈਂ ਗੱਲ ਕਰ ਸਕਦੀ ਹਾਂ ਬਾਕੀ ਮੈਂ ਕਰਨਾ ਨਹੀਂ ਚਾਹੁੰਦੀ ਕਿਉਂਕਿ ਆਮ ਨੋਟ ਐਜ਼ ਲੋ ਐਜ਼ ਯੂ ਆਈ ਕੈਨ ਸਟੂਪ ਦੈਟ ਲੋ ਯੂ ਇਨਵੋਲਵ ਮਾਈ ਬ੍ਰਦਰ ਐਂਡ ਮਾਈ ਮਾਮ ਦੇ ਹੈਡ ਯੂਰ ਬੈਕ ਥਰੂ ਐਵਰੀਥਿੰਗ ਮੇਰੇ ਬ੍ਰਦਰ ਨੇ ਜਦੋਂ ਵੀ ਦਿਲਪ੍ਰੀਤ ਨੇ ਇੱਥੇ ਆਉਣਾ ਲਾਈਕ ਹਮੇਸ਼ਾ ਦਿਲਪ੍ਰੀਤ ਨੇ ਡਰੰਕ ਹੋਣਾ ਫਰੈਂਡਸ ਦੇ ਵਿੱਚ ਮੇਰੇ ਬ੍ਰਦਰ ਨੇ ਹਮੇਸ਼ਾ ਉਹਦੇ ਫਰੈਂਡਸ ਤੋਂ ਲਾਈਕ ਕੋਈ ਵੀ ਵੀਡੀਓਜ਼ ਡਰੰਕ ਦਿਲਪ੍ਰੀਤ ਦੀ ਬਣਾਈਆਂ ਹਮੇਸ਼ਾ ਡਿਲੀਟ ਕਰਵਾਉਣੀਆਂ ਕਿ ਨੋ ਬ੍ਰੋ ਡੋਂਟ ਫੱਕਿੰਗ ਰਿਕਾਰਡ ਹਿਮ ਦੈਟਸ ਮਾਈ ਜੀਜਾ ਉਹ ਵੀ ਪ੍ਰੂਫ ਹੈਗਾ ਹਰਮਨ ਕੋ ਪਿਆ ਬਟ ਹੀਜ਼ ਨਾਟ ਦੈਟ ਲੋ ਹੀਜ਼ ਨਾਟ ਗੋਇੰਗ ਟੂ ਸ਼ੋ ਇਟ ਮਾਈ ਬ੍ਰਦਰ ਇਜ਼ ਅ ਜੈਮ ਯਾ ਆਈ ਫਾਈਟ Swear to God, whoever keeps calling me, seriously, fuck you. Let me speak. Anyways, Masi, he picked me up from my Masi's house, took me to the airport. Although I have video too. He made so many commitments to me, saying ki Amber, aaj 6 mahine hun tu padhna ya, te main tera commitment karda, main daru nahi pini, main sirf weekend se piya karunga. ਮੈਂ ਘਰੇ ਟਾਈਮ ਸਿਰ ਜਾਇਆ ਕਰੂੰਗਾ ਐਂਡ ਮੈਂ ਦਿਲਪ੍ਰੀਤ ਨੂੰ ਕਿਹਾ ਸੀਗਾ ਡੋਂਟ ਗਿਵ ਮੀ ਐਨੀ ਰੀਜ਼ਨ ਟੂ ਡਾਊਟ ਯੂ ਆਮ ਲਾਈਕ ਆਮ ਗੋਇੰ ਟੂ ਬੀ ਅਵੇ ਫਰ ਯੂ ਫਰੋਮ ਅ ਵਾਇਲ ਕਿ ਮੈਨੂੰ ਡਾਊਟ ਕਰਨ ਦਾ ਕੋਈ ਰੀਜ਼ਨ ਨਾ ਦਿਓ ਪਲੀਜ਼ ਕਿਉਂਕਿ ਆਲਰੇਡੀ ਆਪਾਂ ਦੂਰ ਹੋਣਾ ਆ ਅਤੇ ਮੈਨੂੰ ਆਲਰੇਡੀ ਆਈ ਹੈਵ ਟਰੱਸਟ ਇਸ਼ੂਜ਼ ਫਰੋਮ ਦ ਪਾਸਟ ਹੀ ਮੇਡ ਆਲ ਦੋਸ ਕਮਿਟਮੈਂਟਸ ਮੇਰੇ ਕੋਲ ਵੀਡੀਓ ਪਈ ਆ ਉਹ ਮੈਂ ਵੀਡੀਓ 'ਤੇ ਲਈ ਸੀ ਦਿਲਪ੍ਰੀਤ ਨੂੰ ਕਿਉਂਕਿ ਆਈ ਆਲਵੇਜ਼ ਰਿਕਾਰਡਡ ਹਿਮ ਲਾਈਕ ਦੈਟਸ ਇਜ਼ ਆਈ ਰਿਕਾਰਡ ਐਵਰੀਬਡੀ ਲਾਈਕ ਆਲ ਦ ਟਾਈਮ ਉਸ ਤੋਂ ਬਾਅਦ ਮੈਂ ਵਾਪਸ ਆਈ ਜਦੋਂ ਮੈਂ ਵਾਪਸ ਆਈ ਬਹੁਤ ਜ਼ਿਆਦਾ ਘਟਾਤਾ ਸੀ ਦਿਲਪ੍ਰੀਤ ਨਾਲ ਗੱਲ ਕਰਨਾ ਮੇਰੇ ਨਾਲ ਲਾਈਕ ਮੈਨੂੰ ਉਦੋਂ ਹੀ ਥੋੜ੍ਹਾ ਸ਼ੱਕ ਹੋਣ ਲੱਗ ਗਿਆ ਹੈ ਨਾ ਲਾਈਕ ਵਟ ਦ ਹਾਊਸ ਗੋਇੰਗ ਔਨ ਹਮੇਸ਼ਾ ਜਦੋਂ ਫੋਨ ਕਰਨਾ ਕਹਿ ਦੇਣਾ ਮੈਂ ਜਿਮ ਚੱਲਾਂ ਮੈਂ ਇਹ ਕਰ ਲੰਗਾ ਮੈਂ ਉਹ ਕਰ ਲੰਗਾ ਮੈਂ ਖਾਣ ਲੰਗਾ ਸੌਣ ਲੰਗਾ ਇਹਨਾਂ ਨੂੰ ਪਤਾ ਸੀ ਮੇਰਾ ਸਕੈਡੂਲ ਕਿੰਨਾ ਬਿਜ਼ੀ ਆ ਮੈਂ 5 ਵਜੇ ਸਵੇਰ ਨੂੰ ਉੱਠਦੀ ਹਾਂ ਕਲਾਸ ਲਾਉਣ 5 ਵਜੇ ਸਵੇਰ ਨੂੰ ਉੱਠਦੀ ਹਾਂ ਐਂਡ ਆਈ ਮੈਂ ਰਾਤ ਨੂੰ ਪਤਾ ਨਹੀਂ 1:30 ਵਜੇ ਸੌਂਦੀ ਹੁੰਦੀ ਸੀ ਲਾਈਕ ਉਹਦੀ ਵੇਟ ਕਰਦੀ ਕਰਦੀ ਕਿ ਮੈਨੂੰ ਫੋਨ ਕਰੂਗਾ ਮੈਨੂੰ ਫੋਨ ਕਰੂਗਾ ਹੁਣ ਕਰੂਗਾ ਹੁਣ ਕਰੂਗਾ ਮੇਰੀ ਮਾਮ ਨੂੰ ਪਤਾ ਮੈਂ ਕਿੰਨਾ ਲਾਈਕ ਕਿੰਨੀ ਦੁਖੀ ਰਹੀ ਹਾਂ ਲਾਈਕ ਕਿੰਨਾ ਮੈਂ ਰੋਈ ਹਾਂ ਉਹਦੇ ਪਿੱਛੇ ਉਹਦੀ ਵੇਟ ਕਰਦੀ ਰਹਿੰਦੀ ਸੀ ਸਾਰਾ ਦਿਨ ਕਿ ਮੈਂ ਨਾ ਗੱਲ ਕਰੂੰਗਾ ਆਈ ਡੋਨਟ ਵਾਂਟ ਟੂ ਗੈਟ ਇਮੋਸ਼ਨਲ ਆਈ ਐਮ ਨਾਟ ਹੇਅਰ ਟੂ ਬੀ ਇਮੋਸ਼ਨਲ ਬਟ ਇਟਸ ਨਾਟ ਰਾਈਟ ਵਟ ਹੀ ਡਿਡ ਹੀ ਸਟਾਰਟਡ ਬੀਇੰਗ ਡਿਸਟੈਂਟ ਫਰਮ ਮੀ ਐਂਡ I'm not gonna cry. ਇੱਕ ਗੱਲ ਦੱਸਦੀ ਹਾਂ ਮੈਂ ਨਾ ਸੁਪਨਾ ਮੂਵੀ ਦੇਖਣੀ ਸੀਗੀ ਮੇਰਾ ਬਹੁਤ ਜੀ ਕਰਦਾ ਸੀਗਾ ਮੈਂ ਉਹਨੂੰ ਕਿਹਾ ਸੀਗਾ ਮੈਂ ਕਿਹਾ ਜ਼ੂਮ ਡਾਊਨਲੋਡ ਕਰ ਲਾ ਅਸੀਂ ਮੂਵੀ ਦੇਖਦੇ ਹਾਂ 2 ਹਫ਼ਤੇ ਮੈਂ ਮਿੰਤਾਂ ਕਰਦੀ ਰਹੀ ਮੈਂ ਨਾ ਮੂਵੀ ਦੇਖ ਫੱਕ ਆਈ ਡੋਨਟ ਵਾਂਟ ਟੂ ਕ੍ਰਾਈ ਐਨੀਵੇਜ਼ ਬਾਅਦ 'ਚ ਮੈਨੂੰ ਪਤਾ ਲੱਗਾ ਚੀਟਿੰਗ ਦਾ ਮੈਂ ਦਿਲਪ੍ਰੀਤ ਨੂੰ ਕਿਹਾ ਸੀਗਾ ਕਿ ਤੂੰ ਜੋ ਮਰਜ਼ੀ ਕਰ ਲਾ ਮੈਨੂੰ ਮਾਰ ਕੁੱਟ ਲਾ ਜੋ ਮਰਜ਼ੀ ਕਰ ਲਾ ਪਰ ਮੈਂ ਤਾਂ ਚੀਟ ਨਾ ਕਰੀ ਫੱਕ ਨਾ ਗੋਇੰਗ ਟੂ ਕ੍ਰਾਈ ਸਰ ਮੈਂ ਤਾਂ ਚੀਟ ਨਾ ਕਰੀ ਲਾਈਕ ਉਹੀ ਇੱਕ ਮੈਨੂੰ ਬਹੁਤ ਦੁੱਖ ਲੱਗਣਾ ਮੈਨੂੰ ਜੇ ਤੂੰ ਚੀਟ ਕੀਤਾ ਮੈਂ ਤਾਂ ਐਂਡ ਜਦੋਂ ਮੈਨੂੰ ਪਤਾ ਲੱਗਾ ਮੈਂ ਇੰਨਾ ਜ਼ਿਆਦਾ ਟੁੱਟ ਗਈ ਲਾਈਕ ਇੰਨਾ ਜ਼ਿਆਦਾ ਟੁੱਟ ਗਈ ਕਦੀ ਜ਼ਿੰਦਗੀ 'ਚ ਮੈਂ ਇੰਨਾ ਟੁੱਟੀ ਨਹੀਂ ਹੋਣੀ ਮੇਰੇ ਮਾਂ ਬਾਪ ਨੂੰ ਪਤਾ ਲਾਈਕ ਆਈ ਹੈਡ ਅ
anxiety attack in my room, like not jada, like the mom and dad had to hold me down for 10 minutes straight. बाकी मैं इत्थे रोन लई नहीं आई, मैं ड्रामा करन लई नहीं आई, जिन्हें मेरी गल मननी आ मनो, नहीं मननी ना मनो, मैं सोशल मीडिया तो अप्रूवल नहीं लैन आई, पर मेरे ना बहुत ज्यादा कुछ होया, एंड आई एम डन डीलिंग विद इट, इट्स ओवर, डोंट प्री, यू कैंट विन मी बैक, यू आर नॉट गोना चेंज, तू नहीं बदल सकता, मेरी माँ ने जो तेरी माँ बारे क्या लाइक नहीं सी कहना चाहिए, बट ओनू इन्ना दुखी किया, उन्हें मैनु देखा कि मैं किन्नी दुखी रही हाँ ड्यूड, जो तेरी वेट करती होंगी सी मेरी माँ उत्थे सी, माई मॉम वॉज देयर टू टेक केयर ऑफ मी एंड बी देयर फॉर मी, माई मॉम वॉज एवरीथिंग टू मी ड्यूड, She literally helped me through everything. जिहड़ा मेरी माँ बारे इन्ना बुरा बोल रहा ना, जो मेरा जी करना ना कि मॉम आई कैंट डू दिस एनी मोर, मैनू लगता नहीं दिल पर मैनू प्यार करता, मेरी मॉम ने कहना नहीं पुत लाइक वो बिजी आ, उहदा स्केड्यूल इन्ना बिजी आ, वो सारी दुनिया नू उहनू हस के रहना पैंदा सारिया सामने, तू प्लीज लाइक उहनू इदां ना कर भी कोई ना तेरा रिश्ता बजा ला, फिर माम ने हार के इदा भी कहना कि तेरा मन आ तो तू देख ला, तू नहीं खुश तो देख ला, होर की कहती डेड, ही चीटेड ऑन मी विद द आंटी, 45-year-old आंटी, व्हाट द फक, व्हाट डिड आई नॉट गिव यू, वेयर डिड आई नॉट स्टैंड विद यू, I fought with everybody. मेरे व्याह वेले मेरी सारी फैमिली ने मेरी कचहरी लाई सी कि उन्हें व्याह बारे नहीं तेनों दसिया, वह चीट करता आ, उन्होंने मैनू सारा कुछ दसिया क्योंकि उन्होंने पता कराया सीगा जी, जिहड़ा कह रहे ना मेरे पिंड जाके पता कराओ, सारा कुछ पता कराया सी, I fought for you. I fought with everybody. I fought with my friends. Everybody was telling me, oh, इदां दा, उदां दा. You put your hands on me, I still forgave you. I didn't deserve this. Did it carry on? Like, be together? Like, no. What fuck that? I don't deserve that shit. And jidiyan chup baithi na because of me. Like, mere karke chup baithi si Dilpreet sare. Main chup karaiya si. Bhi koi na. Like, I love him. Everybody deserves a second chance. Mere vyaah wale main darbar saab gayi si. Utthe main ardaas kiti. Main kya, please, baba ji, like... मैनू कुछ दसो, लाइक प्लीज कोई साइन दवो, लाइक एम आई सपोज टू बी हियर विद हिम, ओह फक, ओह फक, एम आई क्राइंग ड्यूड, एनीवेज आई जस्ट वांट टू से आई एम एंडिंग इट, खत्म आ सब कुछ, मैं वापस नहीं जा रही दिलप्रीत, मेरी वेट ना करी क्योंकि मैं बहुत कुछ सह लिया, मैं यही कहा सीगा एक बार, कुट भी सह लूंगी, मार कुट गालां भी सह लूंगी, मेरी फैमिली नू हेट कर, लाइक मैं ठीक कर लूंगी सब कुछ, आई टोल्ड यू डोंट चीट ऑन मी, जस्ट डोंट चीट ऑन मी, दैट्स इट, यू नो, आई डोंट वांट टू फकिंग क्राई ऑन हियर.